ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਅਦਾਲਤ ਵੱਲੋਂ ਉਹਨਾਂ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਗਈ ਹੈ। ਤਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ ਇਸ ਫੈਸਲੇ ਨੂੰ ਉਹਨਾਂ ਨੇ ਸੁਨਾਮ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਅਮਨ ਅਰੋੜਾ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਗਈ ਹੈ। 2 ਸਾਲ ਦੀ ਜਿਹੜੀ ਸਜ਼ਾ ਅਮਨ ਅਰੋੜਾ ਨੂੰ ਸੁਣਾਈ ਗਈ ਸੀ ਉਸ 'ਤੇ ਰੋਕ ਲੱਗੀ ਹੈ, ਜਿਸ ਨਾਲ ਅਮਨ ਅਰੋੜਾ ਦੀ ਮੰਤਰੀ ਦੀ ਕੁਰਸੀ ਜਿਹੜੀ ਆ ਉਹ ਬਚ ਗਈ ਹੈ। ਕਿਉਂਕਿ ਜੇਕਰ ਸਜ਼ਾ 'ਤੇ ਰੋਕ ਨਾ ਲੱਗਦੀ ਤਾਂ ਉਹਨਾਂ ਦੀ ਕੁਰਸੀ ਜਾ ਸਕਦੀ ਸੀ। ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ, ਸੁਨਾਮ ਅਦਾਲਤ ਦੇ ਵੱਲੋਂ ਸਜ਼ਾ 'ਤੇ ਰੋਕ ਲਾ ਦਿੱਤੀ ਗਈ ਹੈ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਅਮਨ ਅਰੋੜਾ ਜਿਹੜੇ ਮੰਤਰੀ ਨੇ ਅਤੇ ਉਹਨਾਂ ਦੇ ਜੀਜਾ ਰਜਿੰਦਰ ਦੀਪਾ ਵਿਚਾਲੇ 15 ਸਾਲ ਪਹਿਲਾਂ ਇੱਕ ਘਰੇਲੂ ਕਲੇਸ਼ ਹੋਇਆ ਸੀ, ਜਿਸ ਦੇ ਵਿੱਚ ਅਦਾਲਤ ਦੇ ਵੱਲੋਂ ਰਜਿੰਦਰ ਦੀਪਾ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਗਿਆ ਸੀ ਅਤੇ ਅਮਨ ਅਰੋੜਾ ਅਤੇ ਉਹਨਾਂ ਦੀ ਮਾਤਾ ਸਮੇਤ 9 ਲੋਕਾਂ ਨੂੰ 2-2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਅਮਨ ਅਰੋੜਾ ਨੇ ਸੰਗਰੂਰ ਕੋਰਟ ਦੇ ਵਿੱਚ ਇਸ ਦੇ ਖਿਲਾਫ ਅਪੀਲ ਕੀਤੀ ਸੀ, ਜਿਸ ਦੇ ਵਿੱਚ ਹੁਣ ਅਮਨ ਅਰੋੜਾ ਨੂੰ ਵੱਡੀ ਰਾਹਤ ਮਿਲੀ ਹੈ। ਦੱਸ ਦਈਏ ਕਿ ਜਿਹੜੀ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਮਨ ਅਰੋੜਾ ਨੂੰ ਉਸ 'ਤੇ ਰੋਕ ਲੱਗ ਗਈ ਹੈ, ਜਿਸ ਤੋਂ ਬਾਅਦ ਉਹਨਾਂ ਦੀ ਜੋ ਕੁਰਸੀ ਆ ਉਹ ਬਚ ਗਈ ਹੈ। ਕਿਉਂਕਿ ਜੇਕਰ ਉਹਨਾਂ ਦੀ ਸਜ਼ਾ 'ਤੇ ਰੋਕ ਨਾ ਲੱਗਦੀ ਤਾਂ ਉਹਨਾਂ ਨੂੰ ਆਪਣਾ ਮੰਤਰੀ ਦਾ ਪਦ ਛੱਡਣਾ ਪੈ ਸਕਦਾ ਸੀ। ਦੱਸ ਦਈਏ ਕਿ ਉਹਨਾਂ 'ਤੇ ਕਾਰਵਾਈ ਤੈਅ ਸੀ, ਪਰ ਇਸ ਤੋਂ ਪਹਿਲਾਂ ਉਹਨਾਂ ਦੀ ਸਜ਼ਾ 'ਤੇ ਰੋਕ ਲੱਗੀ ਹੈ ਤਾਂ ਵੱਡੀ ਰਾਹਤ ਇਸ ਨੂੰ ਕਿਹਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ, ਜਿਸ 'ਤੇ ਅਮਨ ਅਰੋੜਾ 'ਤੇ ਇਹ ਕਿਹਾ ਗਿਆ ਸੀ ਕਿ ਉਹ 26 ਜਨਵਰੀ ਨੂੰ ਝੰਡਾ ਨਹੀਂ ਲਹਿਰਾ ਸਕਦੇ, ਪਰ ਕਿਉਂਕਿ ਉਹਨਾਂ ਦੀ ਸਜ਼ਾ 'ਤੇ ਰੋਕ ਲੱਗ ਚੁੱਕੀ ਹੈ ਤਾਂ ਹੁਣ ਉਹ ਝੰਡਾ ਵੀ ਫਹਿਰਾ ਸਕਦੇ ਨੇ। ਤਾਂ 15 ਸਾਲ ਪੁਰਾਣਾ ਇਹ ਮਾਮਲਾ ਅਤੇ ਘਰੇਲੂ ਕਲੇਸ਼ ਦਾ ਇਹ ਮਾਮਲਾ, ਅਮਨ ਅਰੋੜਾ ਦੇ ਆਪਣੇ ਜੀਜਾ ਦੇ ਨਾਲ ਲੜਾਈ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅਮਨ ਅਰੋੜਾ ਅਤੇ ਉਹਨਾਂ ਦੇ ਸਾਥੀਆਂ 'ਤੇ ਅਤੇ ਉਹਨਾਂ ਦੀ ਮਾਤਾ 'ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਹੋਇਆ ਸੀ ਅਤੇ ਜਿਸ ਦੇ ਵਿੱਚ ਸਜ਼ਾ ਸੁਣਾਈ ਗਈ ਸੀ ਅਮਨ ਅਰੋੜਾ ਨੂੰ 2 ਸਾਲ ਦੀ ਅਤੇ ਨਾਲ ਹੀ ਉਹਨਾਂ ਦੀ ਮਾਤਾ 'ਤੇ ਸਮੇਤ 9 ਲੋਕਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ। ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਅਮਨ ਅਰੋੜਾ ਨੇ ਚੁਣੌਤੀ ਦਿੱਤੀ ਸੀ ਉੱਪਰਲੀ ਅਦਾਲਤ ਦੇ ਵਿੱਚ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਰਾਹਤ ਮਿਲੀ ਹੈ ਅਤੇ ਉਹਨਾਂ ਦੀ ਸਜ਼ਾ 'ਤੇ ਰੋਕ ਲਾ ਦਿੱਤੀ ਗਈ ਹੈ। ਤਾਂ ਜੇਕਰ ਉਹਨਾਂ ਦੀ ਸਜ਼ਾ 'ਤੇ ਰੋਕ ਨਾ ਲੱਗਦੀ ਤਾਂ ਉਹਨਾਂ ਦੀ ਮੰਤਰੀ ਦੀ ਕੁਰਸੀ ਜਾ ਸਕਦੀ ਸੀ, ਪਰ ਹੁਣ ਉਹਨਾਂ ਲਈ ਇਹ ਵੱਡੀ ਰਾਹਤ ਦੀ ਖਬਰ ਹੈ।